This is Channels Television's breaking news. ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਾਗਰੂਕਤਾ ਲਹਿਰ ਤੋਂ ਰਣਜੀਤ ਸਿੰਘ ਅਤੇ ਅੱਜ ਅਸੀਂ ਪਿੰਡ ਮੁਬਾਰਕਪੁਰ ਆਏ ਹਾਂ ਜੋ ਕੈਂਪ 'ਚ, ਅਤੇ ਤੁਹਾਨੂੰ ਦਿਖਾਉਣ ਲੱਗੇ ਵੀਰ ਜੀ ਇਹ ਭਾਅ ਜੀ ਕਾਫੀ ਨਸ਼ੇ ਕਰਨ ਲੱਗ ਗਏ ਸੀ ਕਿਸੇ ਦੇ ਝਾਂਸੇ 'ਚ ਆ ਕੇ, ਅਤੇ ਅੱਜ ਇਹਨਾਂ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਨੇ। ਵੀਰ ਜੀ ਜਿੱਦਾਂ ਤੁਸੀਂ ਨਸ਼ਾ ਕਰਦੇ ਸੀ ਹੁਣ ਛੱਡ ਚੁੱਕੇ, ਕਿੱਦਾਂ ਦਾ ਮਹਿਸੂਸ ਕਰਦੇ ਹੋ? ਬਹੁਤ ਚੰਗਾ ਜੀ। ਹਾਂਜੀ ਕੁਛ ਕੁਛ ਹੋ ਰਿਹਾ ਜੀ। ਹਾਂਜੀ, ਅਤੇ ਤੁਸੀਂ ਨਸ਼ਾ ਛੱਡਣ ਵਾਸਤੇ ਜਿੱਦਾਂ ਹੁਣ ਤੁਸੀਂ ਦੱਸ ਰਹੇ ਸੀ ਵੀ ਮੈਂ ਨਸ਼ਾ ਕਿਸੇ ਦੇ ਝਾਂਸੇ 'ਚ ਆ ਕੇ ਖਾਣ ਲੱਗ ਪਿਆ, ਹਾਂਜੀ, ਅਤੇ ਉਸ ਤੋਂ ਬਾਅਦ ਤੁਸੀਂ ਕਿੰਨੇ ਕੁ ਡਾਕਟਰਾਂ ਕੋਲ ਗਏ ਹੋ? ਮੈਂ ਬਹੁਤ ਡਾਕਟਰਾਂ ਕੋਲ ਜੀ ਇਲਾਜ ਕਰਾਇਆ। ਹਾਂਜੀ, ਕਿਸੇ ਨਾਲ ਗੱਲ ਨਹੀਂ ਬਣੀ। ਹਾਂਜੀ, ਇੱਕ ਤੁਸੀਂ ਮੈਨੂੰ ਮਿਲੇ। ਹਾਂਜੀ, ਅਤੇ ਤੁਹਾਡੀ ਜਾਗਰੂਕਤਾ ਲਹਿਰ ਨੇ ਮੈਨੂੰ ਦਵਾਈ ਦਿੱਤੀ ਅਤੇ ਮੈਨੂੰ ਬਹੁਤ ਚੰਗਾ ਆਰਾਮ ਲੱਗਿਆ। ਠੀਕ ਹੈ ਵੀਰ ਜੀ। ਹਾਂਜੀ, ਫਿਰ ਤੁਸੀਂ ਜਿਹੜੀ ਹੋਰ ਦੇਸ਼ ਵਾਸੀਆਂ ਨੂੰ ਜਾਂ ਹੋਰ ਮੁੰਡਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਇਹੀ ਸੰਦੇਸ਼ ਦੇਣਾ ਚਾਹਾਂਗਾ ਭਾਈ, ਇਹ ਜਾਗਰੂਕਤਾ ਲਹਿਰ ਵਾਲਾਂ ਨਾਲ ਸੰਪਰਕ ਕਰਕੇ ਤੁਸੀਂ ਇਹਨਾਂ ਨਾਲ ਚੰਗੀ ਤਰ੍ਹਾਂ ਦਾ ਨਸ਼ਾ ਛਡਵਾ ਸਕਦੇ ਹੋ। ਠੀਕ ਹੈ, ਅਤੇ ਉਹਨਾਂ ਨੂੰ ਨਸ਼ੇ ਖਾਣ ਤੋਂ ਰੋਕਣ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ? ਵੀਰ ਜੀ, ਇਹ ਦਰਿਆ ਨਸ਼ੇ ਦਾ ਠੀਕ ਨਹੀਂ ਹੈਗਾ। ਤੁਸੀਂ ਇਹਨੂੰ ਜਾਗਰੂਕਤਾ ਲਹਿਰ ਵਾਲਾਂ ਨੂੰ ਸੰਪਰਕ ਕਰਕੇ ਇਹ ਨਸ਼ਾ ਛਡਵਾ ਸਕਦੇ ਹੋ। ਹੁਣ ਤੁਹਾਨੂੰ ਜੋ ਇਹਨਾਂ ਦੇ ਭਰਾ ਹੈ ਅਮਿਤ ਜੀ, ਇਹ ਸਾਡੇ ਫਰੈਂਡ ਵੀ ਹੈ, ਅਤੇ ਇਹਨਾਂ ਦੇ ਕੋਲ ਇਹਨਾਂ ਦੀ ਇੱਕ ਕਾਫੀ ਸਬਜ਼ੀ ਦੀ ਦੁਕਾਨ ਹੈ ਜਿੱਥੇ ਅਸੀਂ ਆਉਂਦੇ ਜਾਂਦੇ ਇਹਨਾਂ ਕੋਲ ਸਬਜ਼ੀ ਲੈਂਦੇ ਹਾਂ। ਇਹਨਾਂ ਨਾਲ ਤੁਹਾਨੂੰ ਰੂਬਰੂ ਗੱਲਬਾਤ ਕਰਾਉਂਦੇ ਵੀਰ ਜੀ, ਇਹ ਕਿੰਨੀ ਕੁ ਦੇਰ 'ਤੇ ਨਸ਼ੇ ਦਾ ਸੀ ਇਹਨਾਂ ਦਾ? ਅਸੀਂ ਆ ਜੀ, ਵੀਰ ਜੀ ਇਹ ਮੇਰਾ ਵੱਡਾ ਭਰਾ ਹੀ ਸਮਝੋ। ਵੀਰ ਜੀ ਇਹ ਬਹੁਤ ਦੇਰ ਤੋਂ ਕਾਫੀ ਨਸ਼ੇ 'ਚ ਪੈ ਗਿਆ, ਗਲਤ ਸੰਗਤ 'ਚ ਪੈ ਗਿਆ ਸੀ, ਕੁਛ ਬੁਰੇ ਲੋਕਾਂ ਕਰਕੇ ਨਸ਼ੇ ਵਿੱਚ ਪੈ ਗਿਆ ਸੀ ਕਾਫੀ, ਜਿਹਦੇ ਨਾਲ ਇਹ ਬੰਦਾ ਬਿਨਾਂ ਨਸ਼ੇ ਤੋਂ ਰਹਿ ਨਹੀਂ ਸਕਦਾ ਸੀ। ਇਹ ਮੇਰੇ ਭਾਅ ਜੀ ਹਰਵਿੰਦਰ ਸਿੰਘ ਜੀ, ਇਹ ਭਾਅ ਜੀ ਜਾਗਰੂਕਤਾ ਲੈ ਰਹੇ, ਮੈਂ ਇਹਨਾਂ ਨਾਲ ਮੇਰੀ ਦੁਕਾਨ 'ਤੇ ਆਉਂਦੇ ਰਹਿੰਦੇ ਆ, ਮੇਰੀ ਆਪਣੀ ਸਬਜ਼ੀ ਦੁਕਾਨ ਹੈ ਮੁਬਾਰਕਪੁਰ ਕੈਂਪ ਦੇ ਵਿੱਚ, ਅਤੇ ਮੈਂ ਇਹ ਭਾਅ ਜੀ ਨਾਲ ਸੰਪਰਕ ਕੀਤਾ। ਮੈਂ ਕਿਹਾ ਵੀਰ ਜੀ ਮੈਨੂੰ ਵੀ ਇਹ ਭਰਾ ਮੇਰਾ ਨਸ਼ੇ ਬਹੁਤ ਕਰਦਾ ਹੈਗਾ, ਇਹਨੂੰ ਵੀ ਛੱਡਣਾ ਹੈਗਾ ਕਿਸੇ ਤਰੀਕੇ, ਵੀ ਇਹ ਜ਼ਹਿਰ ਨੂੰ ਆਪਣੇ ਪੰਜਾਬ 'ਚੋਂ ਕੱਢਣਾ ਹੈਗਾ, ਵੀਰ ਨੂੰ ਬਚਾਉਣਾ ਹੈਗਾ। ਫਿਰ ਇਹ ਵੀਰ ਜੀ ਨੇ ਮੈਨੂੰ ਕਿਹਾ ਜੀ ਇੱਥੇ ਦਵਾਈ ਹੈਗੀ ਹੈ, ਜੋ ਕਿ ਦਵਾਈ ਖਾਣ ਨਾਲ 15 ਦਿਨ ਦੇ ਵਿੱਚ ਰਿਜ਼ਲਟ ਆ ਗਿਆ। ਉਹ ਰਿਜ਼ਲਟ ਐਸਾ ਹੈ ਕਿ ਇਹ ਦੇਖੋ ਜੀ, ਅੱਜ ਵੀਰ 15 ਦਿਨ ਦੇ ਵਿੱਚ 15 ਦਿਨ ਦੇ ਵਿੱਚ ਘੋੜੇ ਵਾਂਗੂ ਵੀਰ ਖੜਿਆ ਹੈਗਾ, ਐਨ ਖੁਸ਼ ਹੈ ਵੀਰ, ਕੋਈ ਨੂੰ ਦਿੱਕਤ ਨਹੀਂ ਹੈ। ਇਹ ਜਾਗਰੂਕਤਾ ਲਹਿਰ ਦਾ ਇੰਨਾ ਫਾਇਦਾ ਨਾ, ਮੈਂ ਕਹਿੰਦਾ ਵੀਰ ਜੀ ਜਿਹਨੂੰ ਵੀ ਨਸ਼ਾ ਛੱਡਣਾ ਕੋਈ, ਆ ਵੀਰ ਹੁਣ ਨਾਲ ਜਾਗਰੂਕਤਾ ਲਹਿਰ ਨਾਲ ਗੱਲ ਕਰੋ, ਨਸ਼ਾ ਪੰਜਾਬ ਵਿੱਚੋਂ ਛੱਡ ਦਿਉ, ਜਮੀ ਖਤਮ ਕਰ ਦਿਉ ਵੀਰ, ਇਹਦੇ ਕਾਫੀ ਘਰ ਬਰਬਾਦ ਕੀਤੇ ਆ। ਆ ਮੇਰਾ ਵੀਰ ਬਹੁਤ ਪਰੇਸ਼ਾਨ ਸੀ, ਬਹੁਤ ਜ਼ਿਆਦਾ, ਇਹ ਵੀਰ ਹੁਣ ਇੰਨਾ ਖੁਸ਼ ਹੈ ਨਾ ਆਪਣੀ ਜ਼ਿੰਦਗੀ ਵਿੱਚ, ਇਹ ਕਹਿੰਦਾ ਵੀਰ ਆਪਣੀ ਜ਼ਿੰਦਗੀ ਬਸ ਹੁਣ ਜੀਣ ਦਾ ਨਜ਼ਾਰਾ ਆਇਆ ਵੀਰ ਦੀ ਦਵਾਈ ਨਾਲ। ਇਹ ਵੀਰਾਂ ਨੇ ਦਵਾਈ ਦਿੱਤੀ ਹੈ, ਦਵਾਈ ਦਾ ਇੰਨਾ ਅਸਰ ਹੈ ਨਾ ਵੀਰ ਜੀ, 15 ਦਿਨ ਦੇ ਵਿੱਚ 15 ਦਿਨ ਦੇ ਵਿੱਚ ਇਹ ਰਿਜ਼ਲਟ ਹੈ, ਬੰਦਾ ਬਿਲਕੁਲ ਨਸ਼ਿਆਂ ਨੂੰ ਦੇਖਣ ਦਿਲ ਨਹੀਂ ਕਰਦਾ ਜੀ। ਅੱਜ ਮੇਰਾ ਵੀਰ ਹੈ ਇੱਕ, ਜਿਸਨੂੰ ਅੱਜ ਅਸੀਂ 15 ਤੋਂ 20 ਦਿਨਾਂ ਦੇ ਵਿੱਚ ਇਸਨੂੰ ਅਸਰ ਪਤਾ ਲੱਗ ਗਿਆ ਹੈ, ਦਵਾਈ ਦਾ ਅਸਰ ਪਤਾ ਲੱਗ ਚੁੱਕਿਆ ਹੈ, ਦਵਾਈ ਕਿੰਨੀ ਕਾਰਗਰ ਹੈ। ਇਹ ਵੀਰ ਆਪਣੇ ਮੂੰਹ ਤੋਂ ਬੋਲ ਰਿਹਾ ਕਿ ਵੀਰ ਜੀ ਮੈਂ ਬਹੁਤ ਸ਼ਾਂਤ ਆਪਣੇ ਆਪ ਨੂੰ ਉਹ ਕਰ ਰਿਹਾ, ਪਹਿਲਾਂ ਮੈਨੂੰ ਤਲਬ ਲੱਗੀ ਰਹਿੰਦੀ ਸੀ, ਮੈਂ ਹਰ ਟਾਈਮ ਨਸ਼ੇ ਦੇ ਵਿੱਚ ਰਹਿੰਦਾ ਸੀ, ਅਤੇ ਅੱਜ ਸਾਡੀ ਦਵਾਈ ਦੇ ਨਾਲ ਇਸ ਵੀਰ ਨੂੰ ਆਰਾਮ ਆ ਚੁੱਕਿਆ ਹੈ। ਜਿਹੜਾ ਮੇਰਾ ਵੀਰ ਵੀਡੀਓ ਦੇਖ ਰਿਹਾ ਹੈ ਸਾਡੀ, ਇਹ ਉਸ ਵੀਰ ਨੂੰ ਇੱਕ ਹੱਥ ਬੰਨ ਕੇ ਬੇਨਤੀ ਹੈ ਵੀਰ ਜੀ, ਇਹ ਸਾਡੀ ਵੀਡੀਓ ਨੂੰ ਜੇ ਕੋਈ ਦੇਖ ਰਿਹਾ ਹੈ ਤੁਹਾਡੇ ਨੇੜੇ ਪੜੋਸੀ ਕੋਈ ਮੇਰਾ ਵੀਰ ਨਸ਼ੇ ਕਰ ਰਿਹਾ ਹੈ, ਤਾਂ ਇੱਕ ਵਾਰ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਵੀਰ ਜੀ। ਸਾਡੀ ਫੇਸਬੁੱਕ ਆਈ ਡੀ ਦੇ ਉੱਤੇ ਸਾਡੇ ਫੋਨ ਨੰਬਰ ਨੇ, ਜਦ ਮਰਜ਼ੀ ਸਾਡੇ ਨਾਲ ਕੰਟੈਕਟ ਕਰੋ, ਅਸੀਂ ਤੁਹਾਨੂੰ ਦਵਾਈ ਦੇਵਾਂਗੇ, ਅਤੇ ਦਵਾਈ ਬਿਲਕੁਲ 150% ਵੀਰ ਜੀ ਕਾਮਯਾਬ ਹੈ, 15 ਤੋਂ 20 ਦਿਨਾਂ ਦੇ ਅੰਦਰ ਅੰਦਰ ਅਸਰ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਮੇਰੇ ਵੀਰ ਨੇ ਇਹ ਕਾਫੀ ਟਾਈਮ ਤੋਂ ਕਾਫੀ ਪੈਸਾ, ਵੀਰ ਜੀ ਕਿੰਨਾ ਪੈਸਾ ਬਰਬਾਦ ਕਰ ਚੁੱਕੇ ਹੋ ਤੁਸੀਂ? ਲੱਖਾਂ ਦੇ ਹਿਸਾਬ ਨਾਲ ਵੀਰ ਜੀ, ਇਹ ਲੱਖਾਂ ਦੇ ਹਿਸਾਬ ਨਾਲ ਪੈਸਾ ਬਰਬਾਦ ਕਰ ਚੁੱਕਿਆ ਵੀਰ ਜੀ। ਤੁਸੀਂ ਇਹ ਨਹੀਂ ਕਹਿ ਰਹੇ, ਆਪਾਂ ਇਹਨਾਂ ਨੂੰ ਸਿਖਾ ਕੇ ਨਹੀਂ ਕਹਿ ਰਹੇ, ਇਹਨਾਂ ਦਾ ਕੈਂਪ ਦੇ ਵਿੱਚ ਦੁਕਾਨ ਹੈ ਵੀਰ ਜੀ ਮੁਬਾਰਕਪੁਰ ਕੈਂਪ ਦੇ ਵਿੱਚ, ਤੁਸੀਂ ਆ ਕੇ ਇਹਨਾਂ ਨਾਲ ਗੱਲ ਕਰ ਸਕਦੇ ਹੋ ਮੇਰੇ ਵੀਰ ਨਾਲ, ਇਹਨਾਂ ਤੋਂ ਅਸੀਂ ਜ਼ਬਰਦਸਤੀ ਨਹੀਂ ਕੁਆ ਰਹੇ, ਇਹਨਾਂ ਨੂੰ ਵਾਕਈ ਅਸੀਂ ਦਵਾਈ ਦਿੱਤੀ ਹੈ ਤਾਂ ਹੀ ਅਸਰ ਦਿਖ ਰਿਹਾ ਹੈ। ਅਤੇ ਮੇਰੇ ਵੀਰ ਕੁਛ ਰਣਜੀਤ ਸਿੰਘ ਤੁਹਾਡੇ ਨਾਲ ਗੱਲ ਕਰਨਗੇ। ਵੀਰ ਜੀ ਤੁਸੀਂ ਅੱਜ ਤੋਂ ਪਹਿਲਾਂ ਨਾ ਇਹਨਾਂ ਦਾ ਚਿਹਰਾ ਦੇਖ ਸਕਦੇ ਸੀ, ਜਾਂ ਉਰੇ ਆ ਕੇ ਪੁੱਛ ਸਕਦੇ ਹੋ, ਸਾਡੇ ਨਾਲ ਜਿਹੜਾ ਸੰਪਰਕ ਕਰਨਾ ਚਾਹੁੰਦਾ ਆ ਸਕਦਾ। ਅਤੇ ਅੱਜ ਦਾ ਦੇਖੋ
मेरा वीर मैं यही कहूँगा, पंजाब पहला सोने की चिड़ी सी, दोबारा उसनों सोने की चिड़ी बनाओ, जो पांच दरियावां की धरती मनी जाती है, तो दोबारे इस तू नशा छड्डो, सारे कोई भी मेरा वीर है अपने सीधे रास्ते च पाओ। वाहिगुरु जी का खालसा वाहिगुरु। नमस्कार दोस्तों, स्वागत है आपका हमारे चैनल में। हमारे चैनल को सब्सक्राइब करें और घंटी को जरूर दबाएं।